ਕੱਲ੍ਹ ਜਿਹੜਾ ਝਗੜਾ ਹੋਇਆ ਬਲਟਾਣੇ ਦੇ ਵਿੱਚ ਉਸਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਕਿਹਦੇ ਕਿਹਦੇ ਖਿਲਾਫ਼ ਮਾਮਲਾ ਦਰਜ ਹੋਇਆ ਕਿਹੜੀ ਧਾਰਾ ਵਾਲੇ ਤਹਿਤ ਮਾਮਲਾ ਅਸੀਂ ਨੇ ਜੋ ਕੱਲ੍ਹ ਝਗੜਾ ਹੋਇਆ ਸੀਗਾ ਉਹਦੇ ਸੰਬੰਧ ਵਿੱਚ ਮੁਕੱਦਮਾ ਦਰਜ ਕਰਤਾ ਮੁਕੱਦਮਾ ਨੰਬਰ 72 ਆਇਆ ਆਪਣਾ ਜੀ ਇਹ ਹੋਇਆ ਪ੍ਰੇਮਲਤਾ ਅਤੇ ਉਹਨਾਂ ਦੀ ਬੇਟੀ ਦੇ ਖਿਲਾਫ਼ ਜੀ ਹਾਂਜੀ ਕੀ ਮੈਟਰ ਕੀ ਸੀਗਾ ਸਰ ਪੂਰਾ ਮੈਟਰ ਇਹਨਾਂ ਦੇ ਪਹਿਲਾਂ ਕੁਛ ਪਲਾਟ ਸੰਬੰਧੀ ਕੋਈ ਝਗੜਾ ਚੱਲ ਰਿਹਾ ਸੀਗਾ ਇੱਕ ਪਾਰਟੀ ਕੰਸਟਰਕਸ਼ਨ ਕਰ ਰਹੀ ਸੀਗੀ ਗਲੀ ਵਾਲੇ ਰੋਕ ਰਹੇ ਸੀਗੇ ਕਿ ਨਹੀਂ ਕਰਨੀ ਅਤੇ ਉਦੋਂ ਬਾਅਦ ਉੱਥੇ ਝਗੜਾ ਹੋ ਗਿਆ ਜਿਹਨੂੰ ਲੈ ਕੇ ਮੁਕੱਦਮਾ ਦਰਜ ਹੋ ਗਿਆ ਜੀ ਕਿਹੜੇ ਕਿਹੜੇ ਧਾਰਾ ਦੇ ਤਹਿਤ ਮਾਮਲਾ ਦਰਜ ਹੋਇਆ ਧਾਰਾ ਹੋਇਆ 279 ਆਪਣਾ 337 338 ਜੀ ਆਪਣਾ 323 ਅਤੇ 506 ਜੀ ਦੂਜੇ ਪਾਸੋਂ ਵੀ ਸਰ ਕੋਈ ਸ਼ਿਕਾਇਤ ਆਈ ਹੈ ਹਾਂਜੀ ਦੂਜੇ ਪਾਸੋਂ ਵੀ ਕੋਈ ਹਾਂਜੀ ਦੂਜੇ ਪਾਸੋਂ ਵੀ ਸ਼ਿਕਾਇਤ ਆਈ ਹੈ ਤੇ ਉਹਦੇ ਉੱਤੇ ਵੀ ਕੋਈ ਮਾਮਲਾ ਉਹਦੇ ਉਹਨਾਂ ਦੇ ਵੀ ਬਿਆਨ ਲਿਖ ਰਿਹਾ ਉੱਥੇ ਗਏ ਨੇ ਸਾਡੇ ਚੌਂਕੀ ਚਾਰ ਸਾਹਿਬ ਬਿਆਨ ਲਿਖ ਕੇ ਜੀ ਜੋ ਬਣਦੀ ਹੋਊਗੀ ਕਰ ਉਹਦੇ ਇਹਦੇ ਵਿੱਚ ਕੁਛ ਇੰਜਰਡ ਵੀ ਹੋਏ ਸੀ ਸਰ ਹਾਂਜੀ ਇੰਜਰਡ ਹੋਏ ਨੇ ਹਸਪੀਟਲ ਦੇ ਵਿੱਚ ਨੇ 6 ਫੇਸ ਮੋਹਾਲੀ ਉਹਨਾਂ ਦਾ ਬਿਆਨ ਲਿਖਣ ਗਏ ਹੋਏ ਨੇ ਸਾਡੇ ਜੀ ਇੰਚਾਰਜ ਸਾਹਿਬ ਠੀਕ ਹੈ ਠੀਕ ਹੈ